ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣ ਚਾਰ ਮੀ ਆਸਫ ਅਲੀ। ਤੁਹਾਨੂੰ ਪਤਾ ਹੀ ਆ ਕਰਤਾਰਪੁਰ ਕੋਰੀਡੋਰ ਖੁੱਲਣ ਤੋਂ ਬਾਅਦ, ਲਾਂਘਾ ਖੁੱਲਣ ਤੋਂ ਬਾਅਦ ਇੰਡੀਆ ਤੋਂ ਤੇ ਬਹੁਤ ਸਾਰੇ ਸਿੱਖ ਯਾਤਰੀ ਇੱਥੇ ਆ ਹੀ ਰਹੇ ਆ ਦਰਬਾਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਤੇ ਉਹਨਾਂ ਦੇ ਨਾਲ ਨਾਲ ਪਾਕਿਸਤਾਨੀਆਂ ਲਈ ਵੀ ਖੋਲ੍ਹ ਦਿੱਤਾ ਗਿਆ। ਹੁਣ ਪਾਕਿਸਤਾਨੀ ਵੀ ਇੱਥੇ 200 ਰੁਪਏ ਦੀ ਟਿਕਟ ਭਰ ਕੇ ਸ਼ਨਾਖਤੀ ਕਾਰਡ ਅਸਲ ਦਿਖਾ ਕੇ ਆ ਸਕਦੇ ਆ ਤੇ ਬਹੁਤ ਸਾਰੇ ਪਾਕਿਸਤਾਨੀ ਆ ਜਿਹੜੇ ਇੱਥੇ ਆ ਰਹੇ ਆ ਜਿਹੜੇ ਇੱਥੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਆ ਰਹੇ ਆ। ਇਸ ਟਾਈਮ ਵੀ ਸਾਡੇ ਨਾਲ ਮੌਜੂਦ ਇਹਨਾਂ ਕੋਲ ਅਸੀਂ ਜਾਣਦੇ ਹਾਂ ਜੀ ਕੀ ਨਾਂ ਤੁਹਾਡਾ ਤੇ ਕਿੱਥੋਂ ਆਏ ਹੋ? ਮੇਰਾ ਨਾਮ ਮਰੀਅਮ ਤੇ ਅਸੀਂ ਆਏ ਜੀ ਸਿਆਲਕੋਟ ਤੋਂ। ਅੱਛਾ, ਤੁਹਾਨੂੰ ਇੱਥੇ ਸ਼ੌਕ ਜਿਹੜਾ ਵਾ ਇੱਥੇ ਆਉਣ ਦਾ ਸ਼ੌਕ ਕਿਵੇਂ ਲੱਗ ਪਿਆ ਤੇ ਕਿੱਦਾਂ ਤੁਸੀਂ ਇੱਥੇ ਫਿਰ ਪਹੁੰਚੇ? ਇਹ ਅਚਾਨਕ ਪ੍ਰੋਗਰਾਮ ਬਣਿਆ, ਮੇਰੀ ਹਾਲਾ ਕਹਿਣ ਲੱਗੇ ਕਿ ਆਓ ਦਰਬਾਰ ਚਲੀਏ। ਅਸੀਂ ਕਿਹਾ ਚਲੋ ਅਸੀਂ ਵੀ ਦੇਖ ਕੇ ਆਉਂਦੇ ਹਾਂ, ਸਾਡੇ ਪੰਜਾਬ ਤੋਂ ਇੰਡੀਆ ਤੋਂ ਸਾਰੇ ਲੋਕ ਆਉਂਦੇ ਨੇ ਤੇ ਇਸ ਲਈ ਸਾਡਾ ਪ੍ਰੋਗਰਾਮ ਬਣਿਆ ਕਿ ਅਸੀਂ ਵੀ ਗੁਰੂ ਨਾਨਕ ਜੀ ਦਾ ਦੇਖ ਕੇ ਆਈਏ ਕੈਸਾ ਬਣਿਆ, ਮਿਰਾਹਾਂ ਨੇ ਕੈਸਾ ਬਣਵਾਇਆ ਦਰਬਾਰ। ਅੱਛਾ, ਇੱਥੇ ਆਏ ਹੋ ਤੁਸੀਂ, ਇੱਥੇ ਦੂਜੇ ਪਾਸੇ ਆਉਣ ਵਾਲੇ ਚੜ੍ਹਦੇ ਪੰਜਾਬ 'ਚ ਆਉਣ ਵਾਲੇ ਲੋਕ ਵੀ ਤੁਹਾਨੂੰ ਮਿਲੇ ਆ, ਉਹਨਾਂ ਨਾਲ ਵੀ ਮੁਲਾਕਾਤ ਹੋਈ, ਕੈਸਾ ਲੱਗਿਆ ਉਹਨਾਂ ਨੂੰ? ਬਹੁਤ ਅੱਛੇ, ਬਹੁਤ ਸਿੱਖ ਬਰਾਦਰੀ, ਬਹੁਤ ਅੱਛੇ, ਬਹੁਤ ਫੁੱਡ ਹਲੋਸ ਲੋਕ ਨੇ ਨਾ, ਬਹੁਤ ਅੱਛੇ, ਬਹੁਤ ਮਜ਼ਾ ਆਇਆ। ਬਲਕਿ ਉਹ ਸਿੱਖਾਂ ਨਾਲ ਗੱਲ ਵੀ ਹੋਈ ਹੈ ਲੇਕਿਨ ਬਹੁਤ ਮਜ਼ਾ ਆਇਆ, ਬੜੇ ਮੁਹੱਬਤ ਨਾਲ ਗੱਲ ਕੀਤੀ ਹੈ ਕਿ ਉਹ ਬਹੁਤ ਖੁਸ਼ ਨੇ, ਅਗਰ ਇਮਰਾਨ ਹਾਂ ਤੋਂ ਬਹੁਤ ਰਾਜ਼ੀ ਨੇ। ਅੱਛਾ, ਤੇ ਇਹ ਪੁਆਇੰਟ ਖੁੱਲ੍ਹਿਆ, ਤੁਹਾਡੇ ਖਿਆਲ ਦੇ ਵਿੱਚ ਇੱਦਾਂ ਦੇ ਜਿਹੜੇ ਪੁਆਇੰਟਸ ਖੁੱਲ੍ਹਣੇ ਚਾਹੀਦੇ ਆ ਤਾਂ ਕਿ ਦੋਵਾਂ ਪਾਸੇ ਦੇ ਲੋਕਾਂ ਨੂੰ ਆਪਸ ਮਿਲਣ ਜੁਲਣ ਦਾ ਮੌਕਾ ਮਿਲੇ ਦੂਜੇ ਨਾਲ? ਹਾਂਜੀ ਬਿਲਕੁਲ, ਮੁਹੱਬਤ ਬਣਨੀ ਚਾਹੀਦੀ ਸੀ ਉਹਨਾਂ ਦਾ, ਨਾਲੇ ਉਹ ਮੰਨਦੇ ਨੇ, ਹਰ ਇੱਕ ਆਪਣਾ ਅਕੀਦਾ ਹੈ ਤੇ ਮੈਂ ਤਾਂ ਬਹੁਤ ਖੁਸ਼ ਹਾਂ ਕਿ ਇਮਰਾਨ ਅਗਰ ਇਹ ਲਿਆ ਸੋਚਿਆ ਤੇ ਉਹ ਬਹੁਤ ਖੁਸ਼ ਨੇ, ਉਹਨਾਂ ਦੀ ਇਮਰਾਨਾਂ ਦੀ ਦੁਆਵਾਂ ਉਹਨਾਂ ਦੇ ਨਾਲ ਨੇ, ਉਹ ਬਹੁਤ। ਬਲਜੀਤ ਕੌਰ ਜੀ, ਕਿੱਥੋਂ ਆਏ ਤੁਸੀਂ? ਅਸੀਂ ਪੰਜਾਬ ਤੋਂ, ਹੁਸ਼ਿਆਰਪੁਰ ਡਿਸਟ੍ਰਿਕਟ ਤੋਂ। ਤੇ ਸਪੈਸ਼ਲੀ ਇਸੀ ਜਗ੍ਹਾ ਵਿਜ਼ਿਟ ਕਰਨ ਵਾਸਤੇ ਆਏ ਹੋ? ਹਾਂਜੀ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਆਏ। ਤੇ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ? ਬਹੁਤ ਵਧੀਆ, ਬਹੁਤ ਵਧੀਆ। ਅਸੀਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਣੇ ਪਏ ਆ ਕਿ ਅਸੀਂ ਇੱਥੇ ਆਏ। ਤੇ ਤੁਸੀਂ ਕਦੋਂ ਦਾ ਇਹ ਸੋਚਦੇ ਪਏ ਸੀ ਤੁਸੀਂ ਇੱਥੇ ਆਓਗੇ, ਵਿਜ਼ਿਟ ਕਰੋਗੇ? ਅਸੀਂ ਵੀ ਜਦੋਂ ਤੋਂ ਸਾਨੂੰ ਹੋਸ਼ ਸੰਭਾਲੀ ਵੀ ਅਸੀਂ ਅਰਦਾਸ ਵੀ ਸੁਣਦੇ ਸੀ ਵੀ ਖੁੱਲੇ ਦਰਸ਼ਨ ਕਦੋਂ ਬਖਸ਼ਣੇ ਨੇ ਗੁਰੂ ਜੀ ਨੇ, ਅੱਜ ਬਖਸ਼ੇ ਨੇ, ਅੱਜ ਅਸੀਂ ਬੜੇ ਖੁਸ਼। ਅੱਜ ਪਹਿਲੀ ਵਾਰ ਆਏ ਹੋ ਤੁਸੀਂ? ਹਾਂਜੀ, ਪਹਿਲੀ ਵਾਰੀ ਆਏ ਸੀ। ਸਹੀ, ਤੇ ਇਹ ਤੁਹਾਡੇ ਨਾਲ ਤੁਹਾਡੀ ਫੈਮਿਲੀ? ਹਾਂਜੀ, ਇਹ ਮੇਰੀ ਭੈਣਾਂ ਨੇ, ਸਸਿਆ ਸਸ ਦੀ ਭਰਜਾਈ ਹੈ, ਬੇਟੀ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ, ਤੁਸੀਂ ਕੀ ਮਹਿਸੂਸ ਕਰਦੇ ਪਏ ਉੱਥੇ ਆ ਕੇ? ਅਸੀਂ ਬਹੁਤ ਹੀ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਕਿ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨ ਆਏ ਹਾਂ, ਸਾਨੂੰ ਆਪਣਾ ਗੁਰੂ ਮਿਲ ਪਿਆ। ਸਹੀ, ਤੇ ਤੁਸੀਂ ਕਿਹੋ ਜਿਹਾ ਲੱਗਿਆ ਤੁਹਾਨੂੰ ਇੱਥੇ ਦਾ ਮਾਹੌਲ, ਕਿਹੋ ਜਿਹਾ ਲੱਗਿਆ ਤੁਹਾਨੂੰ ਇੱਥੇ ਦੇ ਲੋਕ, ਕਿਹੋ ਜਿਹੇ ਲੱਗੇ? ਬਹੁਤ ਵਧੀਆ, ਸਾਨੂੰ ਬਹੁਤ ਇਜ਼ਤਮਾਨ ਕੀਤਾ, ਸਾਡਾ ਬਹੁਤ ਸਾਨੂੰ ਖੁਸ਼ੀ ਹੋਈ ਕਿ ਸਾਨੂੰ ਇੰਨਾ ਇਜ਼ਤਮਾਨ ਮਿਲਿਆ ਹੈ ਜੋ ਅਸੀਂ ਲੋਕਾਂ ਕੋਲ ਸੁਣਦੇ ਸੀ, ਪਰ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਇੱਥੇ ਦੇਖ ਕੇ। ਤੁਹਾਡੇ ਕੀ ਤਾਸਰਾਤ ਨੇ ਇੱਥੇ ਬਾਰੇ, ਤੁਸੀਂ ਕੀ ਸੋਚਦੇ ਹੋ? ਤੁਸੀਂ ਜਾਓਗੇ, ਪਤਾ ਨਹੀਂ ਲੋਕ ਕਿਹੋ ਜਿਹੇ ਹੋਣਗੇ, ਬੰਦਾ ਸੋਚਦਾ ਨਾ ਕਿ ਨਈ ਜਗ੍ਹਾ ਤੇ ਜਾਣਾ। ਬਹੁਤ ਸਤਿਕਾਰ ਮਿਲਿਆ ਇੱਥੇ ਆ ਕੇ, ਕਿਉਂਕਿ ਪਾਕਿਸਤਾਨ ਇੰਡੀਆ ਦਾ ਤੁਹਾਨੂੰ ਪਤਾ ਉਹ ਇੱਕ ਬੇਸਿਕ ਜਿਹਾ ਕਲੈਸ਼ ਹੈ ਤੇ ਬੰਦਾ ਸੋਚਦਾ ਪਤਾ ਨਹੀਂ ਕਿਸ ਤਰੀਕੇ ਦੇ ਲੋਕ ਨੇ। ਤੁਸੀਂ ਬਹੁਤ ਇਜ਼ਤਮਾਨ ਮਿਲਿਆ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਾਨੂੰ ਗੁਰੂ ਦੇ ਦਰਸ਼ਨ ਕਰਾਏ ਨੇ ਸਾਰਿਆਂ ਨੇ ਰਲ ਮਿਲ ਕੇ। ਤੇ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਪਾਕਿਸਤਾਨੀ ਆਵਾਮ ਨੂੰ ਇਸ ਸਾਰੇ ਮਾਮਲੇ ਬਾਰੇ? ਅਸੀਂ ਕਹਿੰਦੇ ਕਿ ਇਸੇ ਤਰ੍ਹਾਂ ਹੀ ਸਾਰੇ ਆਪਾਂ ਰਲ ਮਿਲ ਕੇ ਭਰਾ ਭਰਾ ਇਕੱਠੇ ਰਹੀਏ, ਖੁਸ਼ੀ ਨਾਲ ਰਹੀਏ, ਇੱਕ ਦੂਜੇ ਨੂੰ ਮਿਲੀਏ ਜੁਲੀਏ, ਹੈ ਨਾ? ਹੋਰ ਗੁਰਦੁਆਰੇ ਜਿਹੜੇ ਸਾਡੇ ਰਹਿ ਗਏ ਨੇ ਦਰਸ਼ਨ ਕਰਨ, ਉਹਨਾਂ ਦੇ ਵੀ ਦਰਸ਼ਨ ਕਰੀਏ, ਉਹਨਾਂ ਨੂੰ ਵੀ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲੇ। ਚਲੋ ਜੀ, ਦੁਆਏ ਕਿ ਅੱਲਾ ਤਾਲਾ ਉਹ ਵੀ ਤੁਹਾਡੇ ਲਈ ਆਸਾਨੀਆਂ ਪੈਦਾ ਕਰਨ, ਉੱਥੇ ਵੀ ਤੁਸੀਂ ਜਾਓ ਦਰਸ਼ਨ ਕਰੋ, ਕਿਉਂਕਿ ਇਹ ਮਜ਼ਬੀ ਪਲੇਸਿਸ ਹੁੰਦੇ ਨੇ, ਸਭ ਲਈ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੇ